ਇੰਗਲੈਂਡ ਤੋਂ ਰੋਜ਼ਾਨਾ ਹੀ ਦਰਬਾਰ ਸਾਹਿਬ ਆਉਂਦਾ ਹੈ ਇਹ ਸਿੱਖ ਅਤੇ ਸਵੇਰੇ ਸਵੇਰੇ 4 ਵਜੇ ਆ ਕੇ ਕਰਦਾ ਹੈ ਜੋੜਿਆਂ ਦੀ ਸੇਵਾ। ਵੇਖੋ 9 ਹਵਾਈ ਜਹਾਜ਼ਾਂ ਦੇ ਮਾਲਕ ਦੀ ਇਹ ਅਨੋਖੀ ਕਹਾਣੀ ਅਤੇ ਕਿਵੇਂ ਦਿਨ ਚੜ੍ਹਦਿਆਂ ਸਾਰ ਇਹ ਦਰਬਾਰ ਸਾਹਿਬ ਪੁੱਜ ਜਾਂਦਾ ਅਤੇ ਆ ਕੇ ਕਿਵੇਂ ਜੋੜਿਆਂ ਦੀ ਸੇਵਾ ਜਿਹੜੀ ਹੈ ਸਵੇਰੇ 4 ਵਜੇ ਕਰਨ ਲੱਗ ਪੈਂਦਾ। ਇਸ ਅਨੋਖੀ ਘਟਨਾ ਬਾਰੇ ਸੁਣ ਕੇ ਵੱਡੇ ਵੱਡਿਆਂ ਦੇ ਵੀ ਹੋਸ਼ ਉੱਡ ਗਏ ਸੀ ਕਿ ਅਸੀਂ ਤਾਂ ਸਿੱਖੀ ਦੇ ਨਾਲ ਜੁੜੇ ਨਹੀਂ, ਪਰ ਅੰਗਰੇਜ਼ ਦੇਖੋ ਕਿਵੇਂ ਸਿੱਖੀ ਸਰੂਪ ਦੇ ਵਿੱਚ ਨਜ਼ਰ ਆਉਂਦੇ, ਕਿਵੇਂ ਸਿੱਖੀ ਦੇ ਨਾਲ ਜੁੜੇ ਹੁੰਦੇ ਆ, ਕਿਵੇਂ ਪਰਮਾਤਮਾ ਦੇ ਨਾਲ ਅੰਗਰੇਜ਼ ਜਿਹੜੇ ਨੇ ਜੁੜ ਜਾਂਦੇ ਆ। ਇਸ ਘਟਨਾ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਸੀ, ਕਈਆਂ ਨੂੰ ਤਾਂ ਇਸ ਘਟਨਾ ਦੇ ਉੱਪਰ ਯਕੀਨ ਹੀ ਨਹੀਂ ਹੋਇਆ ਸੀ। ਪਰ ਸਬੂਤ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਸਟਾਫ ਦੇ ਵੱਲੋਂ ਦਿੱਤਾ ਗਿਆ, ਵੱਡਾ ਬਿਆਨ ਵੀ ਦਿੱਤਾ ਗਿਆ ਸੀ ਸਟਾਫ ਦੇ ਵੱਲੋਂ ਇਸ ਪੂਰੀ ਘਟਨਾ ਨੂੰ ਲੈ ਕੇ। ਦਰਅਸਲ ਇੰਗਲੈਂਡ ਦੇ ਵਿੱਚ ਵਿਕਟਰ ਦੇ ਨਾਲ ਕੰਮ ਕਰਦੇ ਹਰਸਿਮਰਨ ਸਿੰਘ ਨੇ ਕੁਝ ਅਜਿਹਾ ਦੱਸਿਆ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਅਤੇ ਤੁਹਾਨੂੰ ਵੀ ਯਕੀਨ ਨਹੀਂ ਹੋਵੇਗਾ। ਪਰ ਸੱਚਾਈ ਦੀ ਗਵਾਹੀ ਦਿੰਦਾ ਹਰਿਮੰਦਰ ਸਾਹਿਬ ਦਾ ਪੂਰਾ ਸਟਾਫ। ਦਰਅਸਲ ਹਰਸਿਮਰਨ ਨੇ ਦੱਸਿਆ ਕਿ ਮੈਂ ਅਤੇ ਵਿਕਟਰ ਪਿਛਲੇ 5 ਸਾਲਾਂ ਤੋਂ ਵਿਦੇਸ਼ ਦੇ ਵਿੱਚ ਇਕੱਠੇ ਕੰਮ ਕਰਦੇ ਆ ਰਹੇ ਹਾਂ। ਵਿਕਟਰ ਵਲੌਗ ਲਿਖਦਾ ਵੀ ਹੈ ਅਤੇ ਸ਼ੂਟ ਵੀ ਕਰਦਾ। ਹੌਲੀ ਹੌਲੀ ਸਾਡੇ ਵਿੱਚ ਚੰਗੀ ਦੋਸਤੀ ਹੋ ਗਈ। 2018 ਦੇ ਵਿੱਚ ਮੈਂ ਪਹਿਲੀ ਵਾਰ ਵਿਕਟਰ ਦੇ ਘਰ ਗਿਆ। ਵਿਕਟਰ ਨੇ ਪਹਿਲੀ ਵਾਰ ਮੈਨੂੰ ਆਪਣੇ ਘਰ ਬੁਲਾਇਆ ਸੀ। ਵਿਕਟਰ ਨੇ ਮੈਨੂੰ ਖਾਣਾ ਖਾਣ ਵਾਸਤੇ ਆਪਣੇ ਘਰ ਸੱਦਿਆ ਅਤੇ ਜਦੋਂ ਮੈਂ ਉਸਦੇ ਡਰਾਇੰਗ ਰੂਮ ਦੇ ਵਿੱਚ ਐਂਟਰ ਕੀਤਾ ਤਾਂ ਸਾਹਮਣੇ ਮੈਂ ਵੇਖਿਆ ਕਿ ਦਰਬਾਰ ਸਾਹਿਬ ਦੀ ਇੱਕ ਬਹੁਤ ਵੱਡੀ ਤਸਵੀਰ ਸੀ। ਮੈਂ ਹੈਰਾਨ ਸੀ ਕਿ ਸਿਰੋਂ ਗੰਜੇ ਪਿਓਰ ਕ੍ਰਿਸਚਨ ਦੇ ਘਰ ਦਰਬਾਰ ਸਾਹਿਬ ਦੀ ਇੰਨੀ ਵੱਡੀ ਤਸਵੀਰ ਕਿਵੇਂ ਹੋ ਸਕਦੀ ਹੈ। ਤਾਂ ਮੈਂ ਵਿਕਟਰ ਨੂੰ ਪੁੱਛਿਆ ਕਿ ਤੇਰੇ ਘਰ ਦਰਬਾਰ ਸਾਹਿਬ ਦੀ ਇੰਨੀ ਵੱਡੀ ਤਸਵੀਰ ਕਿੱਥੋਂ ਆਈ, ਤੂੰ ਦਰਬਾਰ ਸਾਹਿਬ ਗਿਆ ਸੀ? ਤਾਂ ਵਿਕਟਰ ਕਹਿਣ ਲੱਗਿਆ, ਮੈਂ ਤਾਂ ਹਰ ਰੋਜ਼ ਹੀ ਦਰਬਾਰ ਸਾਹਿਬ ਜਾਂਦਾ, ਮੈਂ ਤਾਂ ਹਰ ਰੋਜ਼ ਉੱਥੇ ਜਾ ਕੇ ਮੱਥਾ ਟੇਕਦਾ। ਵਿਕਟਰ ਹੈਰਾਨ ਹੋਇਆ ਅਤੇ ਕਹਿਣ ਲੱਗਾ ਕਿ ਇੱਥੇ ਤਾਂ ਇੰਨੀ ਵੱਡੀ ਤਸਵੀਰ ਦਰਬਾਰ ਸਾਹਿਬ ਦੀ ਮਿਲਦੀ ਨਹੀਂ, ਤੂੰ ਗਿਆ ਸੀ, ਤੂੰ ਕਦੋਂ ਗਿਆ ਸੀ, ਮੈਨੂੰ ਦੱਸ। ਤਾਂ ਵਿਕਟਰ ਕਹਿਣ ਲੱਗਿਆ ਕਿ ਮੈਂ ਤਾਂ ਹਰ ਰੋਜ਼ ਹੀ ਜਾਣਾ। ਤਾਂ ਵਿਕਟਰ ਨੇ ਪੂਰੀ ਗੱਲ ਪੁੱਛੀ ਕਿ ਕਿਵੇਂ ਤੂੰ ਹਰ ਰੋਜ਼ ਕਿਵੇਂ ਜਾ ਸਕਦਾ, ਅਜਿਹਾ ਕਿਹੜਾ ਜਹਾਜ਼ ਹੈ ਜੋ ਸਵੇਰੇ ਤੈਨੂੰ ਉੱਥੇ ਜਾ ਕੇ ਛੱਡ ਆਉਂਦਾ? ਤਾਂ ਵਿਕਟਰ ਨੇ ਕਿਹਾ ਕਿ ਮੈਂ 2017 ਦੇ ਵਿੱਚ ਗਿਆ ਸੀ, ਮੈਂ ਉਸ ਸਮੇਂ ਗਿਆ ਸੀ ਜਦੋਂ ਮੇਰੀ ਬੱਚੀ ਬਹੁਤ ਜ਼ਿਆਦਾ ਬਿਮਾਰ ਸੀ, ਮੈਂ ਵੈਸੇ ਹੀ ਘੁੰਮਣ ਗਿਆ ਸੀ, ਮੈਂ ਉੱਥੇ ਜਾ ਕੇ ਵਲੌਗਿੰਗ ਕਰਨੀ ਸ਼ੁਰੂ ਕੀਤੀ ਅਤੇ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਮੈਂ ਕੁਝ ਪਲਾਂ ਲਈ ਥੱਕ ਕੇ ਬੈਠ ਗਿਆ। ਉੱਥੇ ਜਦੋਂ ਕੀਰਤਨ ਚੱਲ ਰਿਹਾ ਸੀ ਤਾਂ ਉਹ ਕੀਰਤਨ ਮੈਨੂੰ ਸਮਝ ਤਾਂ ਨਹੀਂ ਆ ਰਿਹਾ ਸੀ, ਪਰ ਉਸ ਕੀਰਤਨ ਦੀ ਆਵਾਜ਼ ਨੇ ਮੇਰੇ ਕੰਨ ਪੂਰੀ ਤਰ੍ਹਾਂ ਦੇ ਨਾਲ ਖੋਲ੍ਹ ਦਿੱਤੇ। ਇੰਨੇ ਨੂੰ ਮੈਨੂੰ ਫੋਨ ਆਉਂਦਾ ਕਿ ਮੇਰੀ ਬੇਟੀ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੈ, ਮੈਂ ਬਹੁਤ ਜ਼ਿਆਦਾ ਟੈਨਸ਼ਨ ਦੇ ਵਿੱਚ ਆਉਂਦਾ ਅਤੇ ਮੈਨੂੰ ਇੱਕ ਆਵਾਜ਼ ਆਉਂਦੀ ਹੈ ਕਿ ਵਿਕਟਰ ਘਬਰਾਣਾ, ਇੱਥੋਂ ਸਰੋਵਰ ਦੇ ਵਿੱਚੋਂ ਤੂੰ ਜਲ ਲੈ ਜਾ ਅਤੇ ਆਪਣੀ ਬੱਚੀ ਨੂੰ ਰੋਜ਼ ਪਿਲਾ, ਤੇਰੀ ਬੱਚੀ ਠੀਕ ਹੋ ਜਾਏਗੀ। ਮੈਂ ਸਰੋਵਰ ਦੇ ਵਿੱਚੋਂ ਜਲ ਭਰਿਆ ਅਤੇ ਉੱਥੇ ਥੋੜ੍ਹਾ ਬਹੁਤ ਸਮਾਨ ਲੈ ਕੇ ਤਸਵੀਰ ਲੈ ਕੇ ਉੱਥੋਂ ਦੀ ਰਵਾਨਾ ਹੋਣ ਲੱਗਿਆ ਤਾਂ ਮੈਨੂੰ ਫਿਰ ਫੋਨ ਆਇਆ ਕਿ ਬੱਚੀ ਦੀ ਸਿਹਤ ਵਿਗੜਦੀ ਜਾ ਰਹੀ ਹੈ। ਮੈਂ ਪਹਿਲੀ ਹੀ ਫਲਾਈਟ ਦੇ ਨਾਲ ਵਾਪਸ ਲੰਡਨ ਪਹੁੰਚਿਆ ਅਤੇ ਆ ਕੇ ਆਪਣੀ ਬੱਚੀ ਨੂੰ ਉਸ ਜਲ ਦੇ ਕੁਝ ਛਿੱਟੇ ਪਿਆਏ, ਜਿਸ ਤੋਂ ਬਾਅਦ ਕਰੀਬ 4 ਤੋਂ 5 ਦਿਨਾਂ ਦੇ ਵਿੱਚ ਮੇਰੀ ਬੱਚੀ ਜਿਹੜੀ ਹੈ ਬਿਲਕੁਲ ਹੀ ਠੀਕ ਹੋ ਜਾਂਦੀ ਹੈ। ਉਸ ਤੋਂ ਬਾਅਦ ਵਿਕਟਰ ਨੇ ਦੱਸਿਆ ਕਿ ਮੈਂ ਉਹ ਤਸਵੀਰ ਨੂੰ ਆਪਣੇ ਘਰ ਦੇ ਵਿੱਚ ਲਗਾਇਆ, ਉਸ ਤਸਵੀਰ ਮੂਹਰੇ ਬੈਠ ਕੇ ਮੈਂ ਹਰ ਰੋਜ਼ ਹੀ ਪਰਮਾਤਮਾ ਦਾ ਨਾਮ ਧਿਆਉਂਦਾ, ਹਾਲਾਂਕਿ ਮੈਨੂੰ ਕੁਝ ਨਹੀਂ ਹੁੰਦਾ ਪਰ ਮੈਂ ਪਰਮਾਤਮਾ ਬਾਰੇ ਇੰਨਾ ਕੁ ਜਾਣ ਲਿਆ ਕਿ ਮੈਂ ਪਰਮਾਤਮਾ ਦੇ ਨਾਲ ਗੱਲਾਂ ਕਰਨ ਲੱਗ ਪਿਆ। ਵਿਕਟਰ ਨੇ ਦੱਸਿਆ ਕਿ ਮੈਂ ਇੱਥੇ ਬੈਠਦਾ, ਮੈਂ ਗੁਰਬਾਣੀ ਸੁਣਦਾ ਅਤੇ ਜੋ ਗੁਰਬਾਣੀ ਦਰਬਾਰ ਸਾਹਿਬ ਦੇ ਵਿੱਚ ਚੱਲਦੀ ਹੈ ਮੈਂ ਉਸੇ ਗੁਰਬਾਣੀ ਨੂੰ ਮਹਿਸੂਸ ਕਰ ਸਕਦਾ।
ਇੱਕ ਪਾਲੀ ਤਾਂ ਹਰਸਿਮਰਨ ਸਿੰਘ ਨੂੰ ਲੱਗਿਆ ਕਿ ਝੂਠ ਬੋਲਿਆ ਜਾਂ ਮਨਘੜਤ ਕਹਾਣੀਆਂ ਬਣਾ ਰਿਹਾ। ਹਰਸਿਮਰਨ ਸਿੰਘ ਨੇ ਦਰਬਾਰ ਸਾਹਿਬ ਜਾ ਕੇ ਫੋਨ ਲਗਾਇਆ, ਕਿਉਂਕਿ ਹਰਸਿਮਰਨ ਸਿੰਘ ਉੱਥੇ ਕਾਫੀ ਜਾਣ ਪਹਿਚਾਣ ਰੱਖਦਾ ਸੀ। ਉੱਥੇ ਫੋਨ ਲਗਾਉਣ ਤੋਂ ਬਾਅਦ ਉਸਨੇ ਪੁੱਛਿਆ ਕਿ ਇੱਥੇ ਕਿਹੜਾ ਰਾਗ ਚੱਲ ਰਿਹਾ, ਤਾਂ ਜਦੋਂ ਉੱਥੋਂ ਦੇ ਸੇਵਾਦਾਰਾਂ ਦੇ ਵੱਲੋਂ ਹਰਸਿਮਰਨ ਨੂੰ ਜਵਾਬ ਦਿੱਤਾ ਗਿਆ ਕਿ ਇੱਥੇ ਭਾਈ ਇਹ ਰਾਗ ਚੱਲ ਰਿਹਾ, ਤਾਂ ਉਸ ਤੋਂ ਬਾਅਦ ਵਿਕਟਰ ਦੇ ਜਿਹੜੇ ਬੋਲ ਸੀ, ਯਾਨੀ ਕਿ ਜਦੋਂ ਵਿਕਟਰ ਨੇ ਦੱਸਿਆ ਕਿ ਇੱਥੇ ਆ ਰਾਗ ਚੱਲ ਰਿਹਾ, ਜਦੋਂ ਦੋਵਾਂ ਹੀ ਰਾਗਾਂ ਦਾ ਨਾਮ ਮਿਲ ਗਿਆ, ਤਾਂ ਹਰਸਿਮਰਨ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ। ਹਰਸਿਮਰਨ ਸੋਚਾਂ ਦੇ ਵਿੱਚ ਪੈ ਜਾਂਦਾ ਕਿ ਇੱਕ ਅੰਗਰੇਜ਼ ਕ੍ਰਿਸ਼ਚਨ ਵਿਅਕਤੀ ਪਰਮਾਤਮਾ ਦੇ ਨਾਲ ਇੰਨਾ ਕਿਵੇਂ ਜੁੜ ਸਕਦਾ। ਹਰਸਿਮਰਨ ਬਹੁਤ ਹੈਰਾਨ ਸੀ, ਤਾਂ ਉਸਦੀ ਹੈਰਾਨੀ ਵਾਲੀ ਸ਼ਕਲ ਦੇਖ ਕੇ ਵਿਕਟਰ ਨੇ ਪੁੱਛਿਆ ਕਿ ਤੁਸੀਂ ਹੈਰਾਨ ਕਿਉਂ, ਕਿ ਤੁਸੀਂ ਐਵੇਂ ਦਰਬਾਰ ਸਾਹਿਬ ਨਹੀਂ ਜਾ ਸਕਦੇ? ਤਾਂ ਚੁੱਪ ਕਰਕੇ ਹਰਸਿਮਰਨ ਜਿਹੜਾ ਉੱਥੋਂ ਦੀ ਚਲਾ ਜਾਂਦਾ ਅਤੇ ਕਹਿੰਦਾ ਹੈ ਕਿ ਅਸੀਂ ਵੀ ਜਾਂਦੇ ਹੁੰਦੇ ਹਾਂ, ਕੋਈ ਗੱਲ ਨਹੀਂ। ਬਸ ਇੰਨੀ ਕੁ ਗੱਲ ਉਸਨੇ ਕਹਿ ਦਿੱਤੀ ਅਤੇ ਚੁੱਪ ਕਰਕੇ ਹਰਸਿਮਰਨ ਉੱਥੋਂ ਚਲਾ ਗਿਆ। ਅਤੇ ਉਸ ਤੋਂ ਬਾਅਦ ਇਸ ਘਟਨਾ ਨੂੰ ਉਸ ਵੱਲੋਂ ਮੀਡੀਆ ਦੇ ਨਾਲ ਸਾਂਝਾ ਕੀਤਾ ਗਿਆ ਅਤੇ ਇਸ ਘਟਨਾ ਬਾਰੇ ਇਹ ਵੀ ਗੱਲ ਆਖੀ ਗਈ ਕਿ ਜਿੰਨਾ ਸਿੱਖੀ ਨੂੰ ਅਸੀਂ ਨਹੀਂ ਜਾਣਦੇ, ਉਹਨਾਂ ਤਾਂ ਅੰਗਰੇਜ਼ ਵਿਕਟਰ ਹੀ ਜਾਣਦਾ ਸੀ। ਵਿਕਟਰ ਦੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਵੱਡਾ ਚਮਤਕਾਰ ਹੋਇਆ ਸੀ, ਉਸਦੀ ਬੱਚੀ ਠੀਕ ਹੋਈ ਸੀ, ਜਿਸ ਕਰਕੇ ਉਹ ਪਰਮਾਤਮਾ ਦੇ ਨਾਲ ਜੁੜ ਗਿਆ ਅਤੇ ਹਰ ਰੋਜ਼ ਹੀ ਸਵੇਰੇ ਉਹ ਇਸ ਤਸਵੀਰ ਕੋਲ ਆ ਕੇ ਬੈਠਦਾ, ਗੁਰਬਾਣੀ ਕੀਰਤਨ ਲਗਾਉਂਦਾ ਅਤੇ ਬਿਲਕੁਲ ਹੀ ਦਰਬਾਰ ਸਾਹਿਬ ਦੇ ਵਿੱਚ ਉਹ ਆਪਣੇ ਆਪ ਲਾਈਵ ਪਹੁੰਚ ਜਾਂਦਾ, ਭਾਵ ਸੱਚਮੁੱਚ ਹੀ ਆਪਣੇ ਆਪ ਨੂੰ ਮਹਿਸੂਸ ਕਰਦਾ ਜਿਵੇਂ ਉਹ ਦਰਬਾਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਬੈਠਾ ਹੋਵੇ। ਤੁਹਾਡੇ ਕੀ ਵਿਚਾਰ ਨੇ ਇਸ ਪੂਰੀ ਵੀਡੀਓ ਦੇ ਬਾਰੇ? ਕਮੈਂਟਾਂ ਦੇ ਵਿੱਚ ਆਪਣੇ ਵਿਚਾਰਾਂ ਨੂੰ ਜ਼ਰੂਰ ਸਾਂਝੇ ਕਰੋ।